ਉਧਰ ਬੀਸੀ ਦੇ ਵਿੱਚ ਖੁਸ਼ਕ ਮੌਸਮ ਲੰਬਾ ਸਮਾਂ ਚੱਲਣ ਕਾਰਨ ਤੇ ਬਿਜਲੀ ਡਿੱਗਣ ਦੇ ਜੋਖਮ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਜੰਗਲੀ ਅੱਗਾਂ ਦਾ ਜੋਖਮ ਹੋਰ ਵੱਧ ਸਕਦਾ ਹੈ ਮੌਸਮ ਵਿਗਿਆਨੀ ਮਾਈਕਲ ਕੋਸ ਮੁਤਾਬਕ ਜ਼ਿਆਦਾਤਰ ਕੇਂਦਰੀ ਤੇ ਦੱਖਣੀ ਬੀਸੀ ਦੇ ਲਈ ਜੰਗਲਾਂ ਦੀ ਅੱਗ ਦੇ ਖਤਰੇ ਦੀ ਰੇਟਿੰਗ ਉੱਪਰਲੀ ਸ਼੍ਰੇਣੀ ਦੇ ਵਿੱਚ ਨਜ਼ਰ ਆ ਰਹੀ ਹੈ ਉਹਨਾਂ ਕਿਹਾ ਹੈ ਕਿ ਇਹ ਥੋੜਾ ਸਿਰ ਹੋਣ ਜਾ ਰਿਹਾ ਜਿਸ ਦਾ ਮਤਲਬ ਹੈ ਕਿ ਬਿਜਲੀ ਦਾ ਜੋਖਮ ਵੱਧ ਹੈ ਉਹਨਾਂ ਕਹੇ ਕਿ ਜੋਖਮ ਇਸ ਹਫਤੇ ਦੇ ਅੰਤ ਤੱਕ ਤੇ ਅਗਲੇ ਹਫਤੇ ਦੇ ਸ਼ੁਰੂ ਦੇ ਵਿੱਚ ਵੱਧ ਸਕਦਾ ਮਾਈਕਲ ਨੇ ਕਿਹਾ ਹੈ ਕਿ ਇਹ ਅਗਲੇ ਹਫਤੇ ਦੇ ਸ਼ੁਰੂ ਦੇ ਵਿੱਚ ਜਾ ਪਰਿਆ ਕਿਉਂਕਿ ਉੱਤਰੀ ਮੈਨੀਟੋਬਾ ਦੇ ਉੱਤੇ ਘੁੰਮਦੇ ਫਿਰਦੇ ਤੇ ਕੇਂਦਰੀ BC ਦੇ ਵਿੱਚ ਵਾਪਸ ਆਉਂਦੇ ਹੋਏ ਕੁਝ ਅਸਥਿਰਤਾ ਪੈਦਾ ਹੋ ਰਹੀ ਹੈ ਸੂਬੇ ਦੇ ਬਹੁਤ ਸਾਰੇ ਹਿੱਸੇ ਉੱਚ ਤਾਪਮਾਨ ਦੇ ਨਾਲ ਨਜਿੱਠ ਰਹੇ ਨੇ ਤੇ ਚਿੰਤਾਵਾਂ ਨੂੰ ਵਧਾਉਂਦੇ ਨੇ ਤੇ ਸੂਬੇ ਪਰ ਦੇ ਵਿੱਚ ਹੋਰ ਸੁੱਕੇ ਹਾਲਾਤ ਪੈਦਾ ਕਰਦੇ ਨੇ ਬਿਜਲੀ ਡਿਗਨ ਦਾ ਜੋਖਮ ਅੱਗ ਵਧਾਉ ਅਮਲੇ ਦੇ ਲਈ ਵੀ ਚਿੰਤਾ ਦਾ ਵਿਸ਼ਾ ਜੋ ਭਾਲ ਕਰਦੇ ਨੇ ਕਿ ਜੰਗਲ ਦੀ ਅੱਗ ਦਾ ਮੌਸਮ ਕੀ ਹੋ ਸਕਦਾ ਹੈ ਵੀਰਵਾਰ ਦੀ ਰਾਤ ਬੀਸੀ ਵਾਈਲਡ ਫਾਇਰ ਸਰਵਿਸ ਦਾ ਕਹਿਣਾ ਹੈ ਕਿ ਕੈਮਲੂਪਸ ਨੇੜੇ ਬਿਜਲੀ ਦੀ ਲਪੇਟ ਨੇ ਅੱਗ ਮਚਾਈ ਜਿਸ ਦੇ ਨਾਲ ਨਿਕਾਸੀ ਦੇ ਆਦੇਸ਼ ਤੇ ਚੇਤਾਵਨੀ ਦੇਣੀ ਪਈ ਅੱਗ ਲਗਭਗ 70 ਨਵੇਂ ਲੋਕਾਂ ਦੇ ਵਿੱਚੋਂ ਜਿਹੜੀ ਹੈ ਉਹ ਇੱਕ ਕਈ ਜਾ ਰਹੀ ਹੈ ਜੋ ਵੀਰਵਾਰ ਤੇ ਸ਼ੁੱਕਰਵਾਰ ਦੇ ਵਿਚਕਾਰ ਪੜਕ ਉੱਠੀ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੇ ਕਾਰਨ ਬਿਜਲੀ ਦੇ ਹੀ ਪੈਦਾ ਹੋਏ ਨੇ ਸੂਬਾ ਅਜੇ ਵੀ ਸਿਖਰ ਤੋਂ ਲੈ ਕੇ ਬਹੁਤ ਜ਼ਿਆਦਾ ਅੱਗ ਦੇ ਖਤਰੇ ਦੇ ਜਿਹੜੇ ਦਰਜੇ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ ਤਾਪਮਨ ਸ਼ੁੱਕਰਵਾਰ ਤੋਂ ਥੋੜਾ ਸਥਿਰ ਹੋਣ ਦੀ ਉਮੀਦ ਹੈ ਹਾਲਾਂਕਿ ਸੋਕਾ ਪੈਣ ਦਾ ਰੁਝਾਨ ਜਾਰੀ ਹੈ ਤੇ ਇਸੇ ਤਰ੍ਹਾਂ ਜੰਗਲੀ ਅੱਗਾਂ ਦੇ ਫੈਲਣ ਦਾ ਜੋਖਮ ਵੀ ਬਣਿਆ ਹੋਇਆ ਹੈ ਵੀਰਵਾਰ ਨੂੰ ਪ੍ਰੀਮੀਅਰ ਜੌਨ ਹਾਰਗਨ ਨੇ ਵੀ ਕਿਹਾ ਹੈ ਕਿ 24 ਘੰਟੇ ਦੇ ਵਿੱਚ ਵਿੱਚ 29000 ਬਿਜਲੀ ਦੀਆਂ ਸਟ੍ਰਾਈਕ ਹੋਈਆਂ ਹਾਰਗਨ ਨੇ ਲੋਕਾਂ ਨੂੰ ਸੁਚੇਤ ਰਹਿਣ ਤੇ ਕਿਸੇ ਵੀ ਚਿਤਾਵਨੀ ਦੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ ਫਿਲਹਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਸੀ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਪ੍ਰਦਾਨ ਕਰਨ ਦਾ ਭਰੋਸਾ ਜਤਾਇਆ ਵਾਈਲਡ ਫਾਇਰ ਦੇ ਖਤਰੇ ਦੇ ਕਾਰਨ ਲਿਟਨ ਇਲਾਕੇ ਦੇ ਤਬਾਹ ਹੋਣ ਤੋਂ ਬਾਅਦ ਉਹਨਾਂ ਇਹ ਭਰੋਸਾ ਜਤਾਇਆ ਹੈ ਬੀਸੀ ਹੀਟ ਵੇਵ ਨੇ ਲੋਕਾਂ ਦੀ ਪਰੇਸ਼ਾਨੀ ਕਾਫੀ ਵਧਾ ਰੱਖੀ ਹੈ ਟਰੂਡੋ ਨੇ ਉਹਨਾਂ ਕਿਹਾ ਕਿ ਅੱਜ ਸਾਡੇ ਜ਼ਿਹਨ ਦੇ ਵਿੱਚ ਉਹ ਸਾਰੇ ਲੋਕ ਨੇ ਜੋ ਇਸ ਵੇਲੇ ਦੁੱਖ ਦੇ ਵਿੱਚੋਂ ਲੰਘ ਰਹੇ ਨੇ ਤੇ ਉਹਨਾਂ ਕਿਹਾ ਕਿ ਇਸ ਤੋਂ ਵੀ ਜਿਹੜਾ ਇਨਕਾਰਨ ਨਹੀਂ ਕੀਤਾ ਜਾ ਸਕਦਾ ਕਿ ਐਕਸਟ੍ਰੀਮ ਵੇਦਰ ਸਥਿਤੀਆਂ ਲਗਾਤਾਰ ਜਿਹੜੀਆਂ ਨੇ ਉਹ ਦਸਤਕ ਦੇਣ ਲੱਗੀਆਂ ਨੇ ਤੇ ਮੌਸਮ ਤਬਦੀਲੀ ਦੇ ਪ੍ਰਭਾਵ ਜਿਹੜੇ ਨੇ ਉਹ ਸਪਸ਼ਟ ਦਿਖਾਈ ਦੇਣ ਲੱਗੇ ਨੇ ਉਹਨਾਂ ਦੱਸਿਆ ਕਿ ਬੀਸੀ ਦੇ ਵਿੱਚ ਹਾਲਾਤਾਂ ਬਾਰੇ ਉਹਨਾਂ ਦੀ ਪ੍ਰੀਮੀਅਰ ਜਨ ਆਰਗਨ ਹੋਰਾਂ ਨਾਲ ਗੱਲ ਵੀ ਹੋ ਰਹੀ ਹੈ ਤੇ ਜੋ ਵੀ ਬੰਦੀ ਮਦਦ ਹੈ ਉਹ ਕੀਤੀ ਜਾਏਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ